ਬਾਈ ਰੁਕੇ ਸੀ ਫੋਟੋ ਸੈਸ਼ਨ ਵਾਸਤੇ ਅਤੇ ਥੋੜ੍ਹਾ ਬਹੁਤਾ ਪਾਣੀ ਭਰਨਾ ਸੀਗਾ। ਇੱਧਰ ਇੱਧਰ ਮੁੰਡਾ ਬੱਬੂ ਕੱਪ ਲੈ ਕੇ ਆਇਆ ਡਿਸਪੋਜ਼ਲ, ਅਤੇ ਇੱਧਰ ਰੱਖੀ ਹੋਈ ਹੈ ਆਪਾਂ ਚਾਹ। ਦੇਖੋ ਯਾਰ ਇਹ ਸਟੋਵ ਨੇ ਨਾ ਸਾਨੂੰ ਬਹੁਤ ਨਜ਼ਾਰੇ ਦਵਾਏ ਹੋਏ ਆ। ਇੱਧਰ ਆ ਦੇਖੋ ਲਖਵਿੰਦਰ ਔਰ ਲੱਖੀ ਇਹ ਫੋਟੋ ਖਿੱਚ ਰਹੇ ਹਾਂ ਜੀ। ਇੱਧਰ ਦੇਖੋ ਮੇਰੀ ਵੀ ਖਿੱਚਣੀ ਹੈ ਇੱਧਰ। ਹਾਂ ਬੱਬੂ ਲੱਖੀ ਤੂੰ ਚੜ੍ਹ ਗਿਆ ਯਾਰ, ਛੱਡ ਬੱਬੂ ਮੈਨੂੰ ਇੱਕ ਗੱਲ ਆਪਣੇ ਚੁੱਲ੍ਹੇ ਦੀ ਕਿਆ ਕਰਾਂ ਮਾਤਾ, ਬੋਲ ਲੈ ਕੁਛ। ਟੌਪ ਟੌਪ ਵੀਰ ਟੌਪ, ਕਿਆ ਚੀਜ਼ ਬਾਈ, ਆਨਲਾਈਨ ਮੰਗਾਇਆ ਤਾਂ ਚੁੱਲ੍ਹਾ ਅਸੀਂ, ਇਹ ਬੜੀ ਜ਼ਬਰਦਸਤ ਚੀਜ਼, ਵਾਹ ਮੈਂ ਕਹਾਂ ਇੱਕ ਨੰਬਰ ਚੀਜ਼ ਆ ਜੀ, ਇੱਕ ਨੰਬਰ ਜੀ ਰੱਖ ਲਓ। ਮੇਰੀ ਇੱਕ ਨਾ ਸਾਡੇ ਦੋਸਤ ਹੈ ਜੀ ਕਾਲਾ ਅਤੇ ਇੱਕ ਲੱਖੀ, ਅਤੇ ਕਾਲੇ ਦਾ ਤਾਂ ਬਸ ਦੰਦ ਹੋਏ ਹੋਏ ਹੋਏ। ਲੈ ਦੇਖੋ ਲੈ ਫੋਟੋ ਖਿੱਚੋਗੀ, ਲੈ ਇਹ ਲੈ ਲੈ ਲੈ, ਓਏ ਹੋਏ ਹੋਏ ਕਿਆ ਫੋਟੋ ਆ ਰਹੀ ਮੈਂ। ਕਚਹਿਰੀਆਂ ਖੁਲਵਾ ਦੋ, ਉਹ ਕੜਛੀ ਕੜਛੀ ਚੱਕ ਉੱਤੇ। ਚੱਲ ਗਈ ਵੀਡੀਓ। ਲਓ ਜੀ ਸਾਡੇ ਭਾਈ ਸਾਹਿਬ ਸੁਖਦੇਵ ਸਿੰਘ ਸੁਖੀ, ਸੁਖਦੇਵ ਸਿੰਘ ਸੁਖਵਿੰਦਰ ਸਿੰਘ ਸੁਖੀ, ਕਿਆ ਬੋਲਾਂ ਇਹਨੂੰ, ਕਿਆ ਬੋਲਾਂ ਇਹਨੂੰ, ਮੈਂ ਤਾਂ ਜ਼ਰੂਰ ਕਰ ਗਿਆ ਕਮੈਂਟਰੀ। ਮੈਗੀ ਬਣਾਉਂਦੇ ਹੋਏ, ਮੈਗੀ ਬਣਾਉਂਦੇ ਹੋਏ ਜੋ ਕਿ ਇੰਡੀਆ 'ਚ ਇਹਨੂੰ ਨਿਊਡਲ ਵੀ ਕਿਹਾ ਜਾਂਦਾ ਹੈ, ਨਾਲ ਸਾਥ ਦਿੰਦੇ ਹੋਏ ਲਖਵਿੰਦਰ ਸਿੰਘ ਲੱਖੀ, ਹਰਪ੍ਰੀਤ ਸਿੰਘ ਪ੍ਰੀਤ, ਹਰਪ੍ਰੀਤ ਸਿੰਘ ਪਿਆਜ਼ ਵੱਡੂ, ਅਤੇ ਹਾਂ ਲਖਵਿੰਦਰ ਸਿੰਘ ਟਮਾਟਰ ਵੱਡੂ, ਟਮਾਟਰ ਆ ਗਏ ਭਾਈ ਸਾਹਿਬ ਆਪਣੇ ਕੜਛੀ ਮਾਰਦੇ ਹੋਏ, ਪੂਰੇ ਮਜ਼ੇ ਨਾਲ ਨਜ਼ਾਰੇ ਲੈਂਦੇ ਹੋਏ ਜ਼ਿੰਦਗੀ ਦੇ। ਆ ਵੈ ਬਾਈ ਜ਼ਿੰਦਗੀ, ਕਹਿੰਦੇ ਤੈਨੂੰ ਲੀਡਰ ਬਣਾ ਦਿਆ, ਤੈਨੂੰ ਸਟੇਜ ਦਾ ਨਾਮ ਬੋਲ, ਤਾਰ ਵੀ ਲਾ ਰੱਖੀ ਵੀ ਸਾਰੀ ਅੰਦਾ ਹੋਣਾ ਕੋਈ ਜਾਨਵਰ ਜੂਨੀਅਰ ਤਲਾ, ਹੱਤ ਕਰਾ ਰਿਹਾ ਬਾਈ ਹੱਤ ਆ ਰਿਹਾ।
ਯਾਰ ਜਾਮ ਨੇ ਨਾ ਸਾਡਾ ਲਹੂ ਪੀ ਲਿਆ ਸੱਚੀ, ਇੰਨਾ ਜਾਮ ਅਸੀਂ ਕਦੇ ਨਹੀਂ ਦੇਖਿਆ। ਤਾਂ ਕੋਸ਼ਿਸ਼ ਕਰਿਓ ਯਾਰ ਜੂਨ ਦੇ ਮਹੀਨੇ 'ਚ ਇੱਥੇ ਨਾ ਹੀ ਆਓ। ਕਿਉਂ ਲੱਖੀ? ਬਿਲਕੁਲ ਜੀ, ਪਤਾ ਕਿਆ ਗੱਲ ਯਾਰ, ਬੰਦਾ ਇੱਕ ਤਾਂ ਇੰਜੋਏ ਕਰਨ ਦਾ, ਔਰ ਤਾਂ ਸਾਡਾ ਸਾਰਾ ਦਿਨ ਤਾਂ ਯਾਰ ਕੱਲ੍ਹ ਦਾ ਸਾਰਾ ਦਿਨ ਸਾਡਾ ਟ੍ਰੈਫਿਕ 'ਚ ਨਿਕਲ ਗਿਆ। ਕਿਆ ਬੰਦਾ ਇੰਜੋਏ ਕਰੂਗਾ, ਕਿਆ ਉਰੇ ਦੇਖੂਗਾ ਯਾਰ, ਕੁਛ ਨਹੀਂ ਸਮਝ ਆਉਂਦਾ। ਬੋਰਿੰਗ ਹੈ, ਬਹੁਤ ਬੁਰਾ ਹਾਲ ਹੈ। ਰੋਡ ਮਤਲਬ ਕਦੇ ਕਦਾਈ ਖੁੱਲੀ ਮਿਲਦੀਆਂ, ਨਹੀਂ ਤਾਂ ਬੁਰਾ ਹਾਲ ਹੈ ਬਹੁਤ ਹੈ। ਆਹ ਥੋੜ੍ਹੀ ਦੇਰ ਪਹਿਲਾਂ ਦੇਖੋ ਜਾਮ ਤੋਂ ਛੁੱਟ ਕੇ ਆਏ ਸੀਗੇ, ਆਹ ਲਓ ਫੇਰ ਲੱਗ ਗਿਆ, ਦੇਖ ਲਓ ਦੱਸੋ ਬੰਦਾ ਕਿਆ ਕਰੂਗਾ। ਲਓ ਦੇਖ ਲਓ, ਬਸ ਪਹਾੜੇ ਪਹਾੜ ਦਿਖ ਰਹੇ ਚਾਰੇ ਪਾਸੇ, ਹੋਰ ਕੁਛ ਨਹੀਂ ਹੈਗਾ। ਦੇਖ ਲਓ ਪਿੱਛੇ ਤਿੰਨ ਬਲਾਇੰਡ ਪਰਸਨ ਬੈਠੇ ਆ ਸੁੱਤੇ ਪਏ, ਉਹ ਦੇਖੋ ਲੱਤਾਂ ਕਿੱਥੇ, ਇਹ ਛੋਟੀ ਕਿਤੇ ਜਾ ਰਹੇ ਆ ਜੀ। ਅੱਜ ਫਿਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ, ਅਤੇ ਆਪਾਂ ਮਨੀਕਰਨ ਤੋਂ ਘੁੰਮ ਕੇ ਆ ਗਏ ਸੀਗੇ, ਅਤੇ ਆਪਾਂ ਅੱਜ ਪਹੁੰਚੇ ਹਾਂ ਖੂਬਸੂਰਤ ਵਾਦੀਆਂ ਦੇ ਵਿੱਚ ਮਨਾਲੀ ਰਿਵਰ 'ਤੇ। ਦੇਖੋ ਇੱਧਰ ਸਾਡੇ ਕਾਲਾ ਜੀ ਟਹਿਲ ਰਹੇ ਹਾਂ, ਅਤੇ ਆਹ ਦੇਖੋ ਜੀ ਹੁਣ ਅਸੀਂ ਇਹਦੇ ਵਿੱਚ ਇਸ਼ਨਾਨ ਵੀ ਕਰਾਂਗੇ, ਨਹਾਵਾਂਗੇ ਵੀ। ਕਿਆ ਵਧੀਆ ਮੌਸਮ ਹੈ, ਅਤੇ ਇੱਧਰ ਮੁੰਡੇ ਆਪਣਾ ਖਾਣਾ ਦਾਣਾ ਲੱਗੇ ਆ ਬਣਾਉਣ, ਅਤੇ ਇੱਧਰ ਖਾਣੇ ਦੀ ਤਿਆਰੀ ਕਰ ਰਹੇ ਹਾਂ, ਦੇਖੋ ਕਿਆ ਬਣਦਾ। ਅਤੇ ਮੁੰਡੇ ਖੀਰੇ ਰੱਖੇ ਹੋਏ ਆ ਮੁੰਡੇ ਸਾਰੇ। ਲੱਖੀ ਮਤਲਬ ਕਿ ਹਾਂ ਇੰਜੋਏ ਠੀਕ ਹੈ ਨਾ? ਪੂਰਾ ਇੱਕ ਨੰਬਰੋਂ ਇੰਜੋਏ ਹੈ ਜੀ। ਅਤੇ ਉੱਧਰ ਅਸੀਂ ਨਹਾਉਣ ਵੀ ਜਾਵਾਂਗੇ ਹੁਣੀ ਥੋੜ੍ਹੀ ਦੇਰ ਤੱਕ, ਤੁਸੀਂ ਦੇਖੋ ਮਾਹੌਲ ਇੱਕ ਨੰਬਰ ਹੈ ਜੀ। ਅਸੀਂ ਮਨੀਕਰਨ ਤੋਂ ਚੱਲ ਕੇ ਮਨਾਲੀ ਰੋਡ 'ਤੇ ਆਏ ਸੀਗੇ, ਮਨਾਲੀ ਤੋਂ 10 ਕਿਲੋਮੀਟਰ ਅੱਗੇ ਆ ਕੇ ਨਾ ਇੱਕ ਨੀਚੇ ਉਤਰ ਕੇ ਟਰੈਕਿੰਗ ਸੀਗੀ, ਉਰੇ ਰਿਵਰ ਰਾਫਟਿੰਗ ਕਰਾਉਂਦੇ ਹੈ, ਅਤੇ ਰਿਵਰ ਰਾਫਟਿੰਗ ਦਾ ਵੀ ਪਤਾ ਕਰਕੇ ਆਏ ਸੀਗੇ। 800 ਰੁਪਏ ਪਰ ਪਰਸਨ ਲੈ ਰਹੇ ਹਾਂ, ਅਤੇ ਰਿਵਰ ਰਾਫਟਿੰਗ ਦਾ ਅਸੀਂ ਕਰਨੀ ਨਹੀਂ, ਚਲੋ। ਅਤੇ ਬਸ ਅਸੀਂ ਇੱਧਰ ਇੰਜੋਏ ਕਰਨ ਆ ਗਏ ਸੀਗੇ, ਅਤੇ ਸਾਨੂੰ ਬਹੁਤ ਵਧੀਆ ਬੈਠਣ ਨੂੰ ਜਗ੍ਹਾ ਮਿਲੀ। ਅਤੇ ਆਹ ਦਰਖਤ ਵੀ ਦੇਖੋ ਤੁਸੀਂ, ਘੱਟੋ ਘੱਟ ਮੈਂ ਕਰ ਬਹੁਤ ਸਾਲ ਪੁਰਾਣਾ ਦਰਖਤ ਹੈ। ਅਤੇ ਇੱਕ ਮੇਰੀ ਥੋੜ੍ਹੀ ਜਿਹੀ ਐਡਵਾਈਸ ਆਪਣੇ ਦੋਸਤਾਂ ਮਿੱਤਰਾਂ ਵਾਸਤੇ, ਗੰਦ ਨਾ ਪਾਇਆ ਕਰੋ ਯਾਰ, ਨਾ ਪਾਇਆ ਕਰੋ, ਇੰਨੀਆਂ ਖੂਬਸੂਰਤ ਜਗ੍ਹਾਵਾਂ ਹੈ। ਦੇਖੋ ਤੁਸੀਂ ਕਿਆ ਖੂਬਸੂਰਤ ਵਾਦੀਆਂ ਹੈ ਯਾਰ, ਕਿਉਂ ਗੰਦ ਪਾਉਂਦੇ ਹੋ? ਦੇਖੋ ਨਾ ਗੰਦ ਪਾਓ ਯਾਰ, ਪਲੀਜ਼ ਰਿਕੁਐਸਟ ਹੈ। ਇੱਧਰ ਧਨੀਆ ਵੀ ਚੀਰ ਹੋ ਗਿਆ ਜੀ, ਅਤੇ ਇੱਧਰ ਆਹ ਹੋ ਗਿਆ ਕੰਮ, ਅਤੇ ਇੱਧਰ ਆ ਦੇਖੋ ਕੁੱਕਰ ਕਿਸ ਤਰ੍ਹਾਂ ਲੁਕੋ ਕੇ ਰੱਖਿਆ ਵਾ ਜੀ, ਥੱਲੇ ਗੈਸ ਦਾ ਨਾ ਚੱਕਰ ਪੈਂਦਾ, ਹਵਾ ਬਹੁਤ ਚੱਲ ਰਹੀ ਹੈ ਹਵਾ ਦੇਖੋ, ਨਾ ਉਹ ਨਹੀਂ ਦੇਖਦੀ ਬਾਈ। ਹੁਣ ਲੈਣ ਚੱਲੇ ਆ ਨਜ਼ਾਰੇ ਥੱਲੇ ਰਿਵਰ ਦੇ, ਮੁੰਡੇ ਨਹਾ ਰਹੇ ਆ ਯਾਰ। ਐਕਚੁਲੀ ਇਹ ਰਿਵਰ ਨਾ ਲੇਹ ਲਦਾਖ ਵਾਲੀ ਰਿਵਰ ਹੈ, ਇਹਦੇ 'ਚ ਸਾਰੀ ਨਾ ਬਰਫ਼ ਪਿਘਲ ਕੇ ਆਉਂਦੀ ਆ, ਅਤੇ ਬਹੁਤ ਜ਼ਬਰਦਸਤ ਮਾਹੌਲ ਹੋ ਜਾਂਦਾ। ਆਹ ਦੇਖੋ ਸਾਡੇ ਇੱਥੇ ਮੁੰਡੇ ਪਹਿਲਾਂ ਹਰਿਆਣੇ ਦੇ ਬੈਠੇ ਆ, ਇਹ ਵੀ ਥੋੜ੍ਹਾ ਇੰਜੋਏ ਕਰ ਰਹੇ ਆ, ਇੱਧਰ ਮੁੰਡੇ ਸਾਡੇ ਲੱਗੇ ਹੋਏ ਆ। ਇਹ ਹੋ ਗਿਆ ਇਹ ਇੱਧਰ ਕਾਲਾ, ਅਤੇ ਇੱਧਰ ਹਰਪ੍ਰੀਤ, ਇੱਕੋ ਵਿੱਚ ਲੱਖੀ ਹੈ, ਨਜ਼ਾਰੇ ਲੈ ਰਹੇ ਜੀ ਪੂਰੇ। ਅਤੇ ਬਸ ਕਿਆ ਕਰਨਾ, ਜ਼ਿੰਦਗੀ ਕੁਛ ਨਹੀਂ, ਇੱਥੇ ਐਵੇਂ ਸਾਡਾ ਟੈਂਪਰੇਰੀ ਟਾਈਮ ਪਾਸ ਕਰ ਰਹੇ ਹਾਂ। ਦਿਖਾਉਂਦੇ ਆ ਜੀ ਤੁਹਾਨੂੰ, ਇੱਥੇ ਸਾਡਾ ਇੱਕ ਰਾਜਾ ਬੈਠਾ, ਰਾਜਾ ਉਹ ਇੱਥੋਂ ਇਹ ਬੈਠਾ ਸਾਡਾ, ਅਤੇ ਆ ਜੋ ਦਿਖਾਉਂਦੇ ਆ ਤੁਹਾਨੂੰ ਇੱਥੇ ਨਾ ਰਿਵਰ, ਪਾਣੀ ਬਹੁਤ ਠੰਡਾ ਯਾਰ, ਪਾਣੀ ਮਤਲਬ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਬਰਫ਼ ਪਿਘਲ ਕੇ ਆਈ ਹੋਈ ਹੈ। ਇੱਧਰ ਸਾਡਾ ਲੱਖੀ ਬੈਠਾ, ਲੱਖੀ ਦੀ ਟਿੰਡ ਨਿਕਲੀ ਹੋਈ ਹੈ, 200 ਰੁਪਏ ਦੀ ਟੋਪੀ ਦਵਾ ਕੇ ਲਿਆ ਇਹਨੂੰ, ਇਹਨੂੰ ਟੋਪੀ ਦਵਾਈ 200 ਰੁਪਏ ਦੀ। ਓਏ ਕਾਲੇ, ਇੱਧਰ ਇਹ ਸਾਡੇ ਮੁੰਡੇ ਆ ਜੀ,
ਆ ਸਾਡਾ ਕਾਲਾ ਹੈ ਜੀ, ਇਹ ਕਾਲਾ ਨਾ ਕਾਲਾ ਬਸ ਬਹੁਤ ਖਤਰਨਾਕ ਬੰਦਾ। ਨਾ ਕੋਈ ਚੱਕਰ ਨਹੀਂ, ਬਾਈ ਬਹੁਤ ਔਖਾ ਜਾ ਰਿਹਾ ਬੱਬੂ। ਗਾਈਜ਼ ਗਾਈਜ਼ ਬੱਬੂ ਬੜਾ ਔਖਾ ਗਿਆ। ਇੱਥੇ ਦੇਖੋ ਉਰੇ ਨਾ ਉਰੇ ਸੱਪ ਵਗੈਰਾ ਹੋ ਸਕਦੇ ਆ ਲੁਕੇ ਵੇ, ਅਸੀਂ ਕੱਢ ਸਕਦੇ ਉਹਨਾਂ ਨੂੰ। ਲਓ ਜੀ, ਪਹਿਲਾਂ ਆਪਾਂ ਕੈਂਪਿੰਗ ਕੀਤੀ ਸੀਗੀ ਰਿਸ਼ੀਕੇਸ਼, ਅਤੇ ਅੱਜ ਆਪਾਂ ਕੈਂਪਿੰਗ ਕਰ ਰਹੇ ਹਾਂ ਮਨਾਲੀ। ਇੱਧਰ ਸਾਡੇ ਮੁੰਡੇ ਪਏ ਆ, ਹੁਣ ਅਸੀਂ ਟੈਂਟ ਲਾਉਣ ਲੱਗੇ ਹਾਂ। ਰੱਖਿਓ ਓਏ, ਕਿੱਧਰੋਂ ਪੜ ਰਿਹਾ? ਬਈ ਅਸੀਂ ਫੁੱਲ ਇੰਜੋਏ ਕਰ ਲਿਆ ਸੀਗਾ, ਅਤੇ ਇੱਧਰ ਦੇਖੋ ਨਜ਼ਾਰੇ ਪੂਰੇ ਲੈ ਲਏ ਸੀ, ਅਤੇ ਇੱਧਰ ਲੱਖੀ ਬੈਠਾ ਗੱਡੀ 'ਚ। ਲੱਖੀ ਕਹਿ ਰਿਹਾ ਬਸ ਚੱਲੀਏ ਘਰ ਨੂੰ। ਯਾਰ ਸਾਡੇ ਕੋਲ ਨਾ ਇਨਫੋਰਮੇਸ਼ਨ ਆਈ ਹੈ ਥੋੜ੍ਹੀ ਦੇਰ ਪਹਿਲਾਂ, ਰੋਹਤਾਂਗ ਵਿੱਚ ਬਹੁਤ ਜਾਮ ਲੱਗਿਆ ਹੋਇਆ, ਅਤੇ ਉੱਥੇ ਹੁਣ ਜਾਣ ਦਾ ਕਹਿੰਦੇ ਫਾਇਦਾ ਨਹੀਂ, ਉੱਥੇ ਘੱਟੋ ਘੱਟ 2000 ਗੱਡੀ ਫਸੀ ਹੋਈ ਹੈ ਕਰੇ, ਅਤੇ ਇਸ ਕਰਕੇ ਅਸੀਂ ਕੈਂਸਲ ਕਰ ਰਹੇ ਹਾਂ। ਕੈਂਸਲ ਕਰਨਾ ਸਾਡੀ ਮਜਬੂਰੀ ਹੈ, ਹੁਣ ਬਹੁਤ ਸਾਡਾ ਮਨ ਸੀ ਜਾਣ ਦਾ, ਪਰ ਕਰੀਏ ਕਿਆ। ਨੈਕਸਟ ਟਾਈਮ ਅਸੀਂ ਆਵਾਂਗੇ। ਲੱਕੀ ਬਾਈ ਕਦ ਆਉਣਾ ਫਿਰ? ਅਕਤੂਬਰ 'ਚ ਨਾ ਤੁਸੀਂ ਨਾ, ਹੁਣ ਅਸੀਂ ਅਕਤੂਬਰ 'ਚ ਪਹੁੰਚਾਂਗੇ, ਅਕਤੂਬਰ 'ਚ ਤੁਹਾਨੂੰ ਪੂਰੇ ਨਜ਼ਾਰੇ ਦਵਾਵਾਂਗੇ। ਅਤੇ ਹੁਣ ਵੀ ਅਸੀਂ ਫੁੱਲ ਨਜ਼ਾਰਾ ਲਿੱਤਾ ਉਰੇ, ਸਾਨੂੰ ਬਹੁਤ ਵਧੀਆ ਜਗ੍ਹਾ ਮਿਲ ਗਈ ਸੀ ਯਾਰ। ਲੋਕੇਸ਼ਨ ਦੇਖੋ ਇੱਕ ਨੰਬਰ, ਆਹ ਦੇਖੋ ਉਰੇ ਅਸੀਂ ਆਪਣਾ ਟੈਂਟ ਵੀ ਲਾ ਲਿਆ ਸੀਗਾ, ਅਤੇ ਆਪਣਾ ਖਾਣ ਪੀਣ ਦਾ ਸਮਾਨ ਵੀ ਬਣਾਇਆ, ਅਤੇ ਮੁੰਡਿਆਂ ਨੇ ਇੰਜੋਏ ਵੀ ਕੀਤਾ ਉਰੇ, ਕਾਫੀ ਫੈਮਿਲੀਜ਼ ਵੀ ਆਈ ਹੋਈਆਂ ਦੇਖੋ। ਅਤੇ ਇਹ ਜਿਹੜਾ ਸਪੋਟ ਹੈ ਨਾ, ਇੱਥੇ
ਰਾਫਟਿੰਗ ਦਾ ਲਾਸਟ ਪੁਆਇੰਟ ਹੈ। ਇਸ ਤੋਂ ਬਾਅਦ ਰਾਫਟਿੰਗ ਅਲਾਊਡ ਨਹੀਂ ਹੈਗੀ। ਦੇਖੋ ਇਹ ਨਾ ਕਾਫੀ ਮਤਲਬ ਡੇਂਜਰਸ ਰਸਤਾ, ਇਸ 'ਤੇ ਰਾਫਟਿੰਗ ਅਲਾਊਡ ਨਹੀਂ ਹੈ। ਅਸੀਂ ਇਹਦੇ ਵਿੱਚ ਗਏ ਸੀ ਅੰਦਰ ਨਾ, ਮਤਲਬ ਪਾਣੀ ਦਾ ਬਹੁਤ ਤੇਜ਼ ਹੈ ਬਹਾਓ, ਬਹੁਤ ਜ਼ਿਆਦਾ ਤੇਜ਼ ਹੈ। ਅਤੇ ਬਾਕੀ ਤੁਸੀਂ ਦੇਖੋ ਉੱਪਰ ਘਰ ਦੇਖੋ ਯਾਰ। ਅਤੇ ਅਸੀਂ ਨਾ ਇੱਥੋਂ ਹੁਣ ਨਿਕਲਣ ਲੱਗੇ ਹਾਂ ਕਿਉਂਕਿ ਮੌਸਮ ਹੋ ਗਿਆ ਖਰਾਬ, ਬਿਜਲੀ ਲਸਕ ਰਹੀ ਹੈ, ਅਤੇ ਆਪਾਂ ਇੱਥੋਂ ਨਿਕਲਣ ਲੱਗੇ ਹਾਂ। ਅਤੇ ਸਾਡਾ ਇੱਧਰ ਵਿਚਾਰਾ ਇੱਕ ਸਾਡਾ ਮਿੱਤਰ, ਹੈਲੋ, ਅਤੇ ਇਹ ਵੀ ਵਿਚਾਰਾ ਸਾਡੇ ਨਾਲ ਇੰਜੋਏ ਕਰ ਗਿਆ। ਅਤੇ ਹੁਣ ਬਸ ਨਿਕਲਾਂਗੇ ਥੋੜ੍ਹੀ ਦੇਰ ਬਾਅਦ। ਅਤੇ ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਕਿ ਹੁਣ ਆਪਣੇ ਵਲੌਗ ਆਉਣਗੇ ਹੇਮਕੁੰਟ ਸਾਹਿਬ ਦੇ, ਅਤੇ ਤੋਂ ਆਪਾਂ ਸਾਨੂੰ ਜ਼ਰੂਰ ਫੋਲੋ ਕਰਨਾ ਯਾਰ। ਅਸੀਂ ਨਾ ਇੰਨੇ ਵਧੀਆ ਵਲੌਗ ਬਣਾਉਂਦੇ ਹਾਂ ਅਤੇ ਤੁਸੀਂ ਰਿਸਪੋਂਸ ਨਹੀਂ ਦਿੰਦੇ ਤਾਂ ਮੈਨੂੰ ਦਿਲੋਂ ਬਹੁਤ ਬੁਰਾ ਲੱਗਦਾ ਯਾਰ, ਕਿਉਂਕਿ ਅੱਜ ਕੱਲ੍ਹ ਨਾ ਮੈਨੂੰ ਜਿੱਥੇ ਤੱਕ ਮੈਨੂੰ ਲੱਗਦਾ ਲੋਕ ਗੰਦ ਮੰਦ ਦੇਖਣਾ ਪਸੰਦ ਕਰਦੇ ਹੈ। ਮੈਂ ਹੁਣ ਜ਼ਿਆਦਾ ਬੋਲਣਾ ਨਹੀਂ, ਅਤੇ ਤੁਸੀਂ ਬਸ ਮੈਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ, ਅਤੇ ਸਾਡੇ ਵਲੌਗ ਨੂੰ ਜ਼ਰੂਰ ਦੇਖਣਾ। ਹੁਣ ਇਹ ਆ ਵੀ ਰਾਫਟਿੰਗ ਦਾ ਲਾਸਟ ਪੁਆਇੰਟ ਮਨਾਲੀ ਦਾ, ਇਹ ਦੇਖੋ। ਉਸਨੂੰ ਸੌਦਾ ਤੋਂ ਯਾਰ ਬਹੁਤ ਮਹਿੰਗੀ ਚੀਜ਼ ਹੈ ਲੱਖੀ ਮੂਸੇ ਵਾਲਾ। ਉਹ ਦੇਖ ਬਾਈ ਮਨਾਲੀ ਮੈਂ ਵੀ ਰਾਜ ਕਰ ਰਿਹਾ ਮੂਸੇ ਵਾਲਾ, ਦੇਖ ਡਬਲ ਰੋਡ ਬਣ ਰਿਹਾ ਵੀ 295
ਲੋ ਜੀ ਪਹੁੰਚ ਗਏ ਅਟਲ ਟਨਲ ਦੇਖੋ ਬਈ ਰਸਤੇ ਵਿੱਚ ਤਾਂ ਸਾਨੂੰ ਮੈਸੇਜ ਆਇਆ ਸੀ ਕਹਿੰਦੇ ਵੀ ਬਹੁਤ ਤਕੜਾ ਜਾਮ ਲੱਗਿਆ ਹੋਇਆ ਪਰ ਫਿਰ ਅਸੀਂ ਹਿੰਮਤ ਕਰਕੇ ਆ ਗਏ ਜਾਮ ਤਾਂ ਹੈਗਾ ਹੁਣ ਜਾਣ ਲੱਗੇ ਬਹੁਤ ਬੁਰਾ ਹਾਲ ਹੋਣਾ ਜਾਣ ਲੱਗੇ ਬਹੁਤ ਦਿੱਕਤ ਆਉਣੀ ਹੈ ਜਾਮ ਬਹੁਤ ਸੀਗਾ ਰਸਤੇ 'ਚ ਹੁਣ ਲੇਟ ਹੀ ਨਿਕਲਾਂਗੇ ਇੱਥੋਂ ਦੇਖਦੇ ਹਾਂ ਕਿਆ ਬਣਦਾ ਅੰਦਰ ਗੱਡੀ ਖੜੀ ਹੈ ਸਾਡੀ ਯਾਰ ਚੁੱਪ ਰਹੇ ਹੋ ਮੱਚੇ ਯਾਰ ਵੀਡੀਓ ਬਣਾ ਲੈਂਦਾ ਇੰਨੀ ਦੂਰ ਲੈ ਕੇ ਆਇਆ ਮੈਂ ਤੁਹਾਨੂੰ ਮੰਤਾ ਕਰ ਲੈਣ ਤੋਂ ਗੱਲਾਂ ਕਰੋ ਲੋ ਜੀ ਦੇਖੋ ਨਜ਼ਾਰੇ ਅਟਲ ਟਨਲ ਦੇ ਦੇਖੋ ਇਹ ਮੁੰਡਾ ਫੋਟੋ ਖਿਚਾ ਰਿਹਾ ਦੇਖੋ ਕਿੱਲੇ ਮੁੱਛਾਂ ਕਿਰਲੀਆਂ ਵਾਲੀਆਂ ਅਟਲ ਟਨਲ ਬਾਈ ਅਟਲ ਟਨਲ ਦੇ ਵਿੱਚ ਦੇਖੋ ਮੁੰਡੇ ਸਾਰੇ ਬੈਠੇ ਆ ਅਟਲ ਟਨਲ ਦੇ ਵਿੱਚ ਕਿਉਂਕਿ ਅਸੀਂ ਗੱਡੀ ਦੇ ਵਿੱਚ ਬੈਠੇ ਆ ਅਟਲ ਟਨਲ ਦੇ ਵਿੱਚ ਹੀ ਬੈਠੇ ਆ ਸਮਝੋ ਤੇ ਅਸੀਂ ਲੈ ਰਹੇ ਨਜ਼ਾਰੇ ਪੂਰੇ ਦੇਖੋ ਮੁੰਡੇ ਪੂਰੇ ਜੀ ਪੂਰੇ ਉਹ ਪੁੱਤੇ ਇੱਕ ਠੰਡ ਲੱਗ ਰਹੀ ਬਹੁਤ ਮੁੰਡੇ ਨੂੰ ਠੰਡ ਬਹੁਤ ਹੈ ਜੀ ਠੰਡ ਬਹੁਤ ਹੈ ਉਰਾ ਨਾ ਆਇਓ ਠੰਡ ਬਹੁਤ ਹੈ ਅੱਗ ਬਹੁਤ ਆ ਰਿਹਾ ਇਹ ਦੇਖੋ ਅੱਗ ਬਹੁਤ ਹੈ ਨਾ ਜੀ ਅੱਗ ਬਹੁਤ ਹੈ ਜਿਸ ਨੂੰ ਆਪਾਂ ਬਹੁਤ ਮੇਜਰ ਫੈਕਟਰ ਕਹਿੰਦੇ ਨੇ ਪਰ ਮੈਂ ਪੁੱਛੋ ਦੀ ਮੈਂ ਕਬਰ ਗਿਆ ਨਹੀਂ ਜੇ ਇਹਦੀ ਗੱਲਾਂ ਬਣਾਏ ਮੁੰਡੇ ਦੀ ਇਸ ਸਮੇਂ ਖੜੇ ਆਪਾਂ ਰੋਹਤਾਂਗ ਪਾਸ ਤੇ ਆ ਦੇਖੋ ਤੁਸੀਂ ਸਾਹਮਣੇ ਅਟਲ ਟਨਲ ਤੇ ਇੱਥੋਂ ਚੰਡੀਗੜ੍ਹ ਹੈਗਾ 331 ਕਿਲੋਮੀਟਰ ਤੇ ਆਪਾਂ ਹੁਣ ਪਹੁੰਚਾਂਗੇ ਚੰਡੀਗੜ੍ਹ ਅਤੇ ਇੱਥੇ ਦਾ ਜਿਹੜਾ ਟੈਂਪਰੇਚਰ ਹੈ -1 ਅਤੇ ਚੰਡੀਗੜ੍ਹ ਦਾ ਟੈਂਪਰੇਚਰ ਹੈਗਾ 43-46 ਤੱਕ ਵੀ ਹੋ ਸਕਦਾ ਹੈ ਅਤੇ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਦੇਖੋ ਮੂੰਹ 'ਚੋਂ ਧੂੰਆਂ ਵੀ ਨਿਕਲਣ ਲੱਗ ਗਿਆ ਹੁਣ ਘੰਟੇ 2 ਘੰਟੇ ਬਾਅਦ 3 ਘੰਟੇ ਬਾਅਦ ਆਪਾਂ ਗਰਮੀ 'ਚ ਪਹੁੰਚ ਜਾਣਾ ਉੱਥੇ ਜਾ ਕੇ ਫਿਰ ਆਪਣੀ ਹਾਲਤ ਖਰਾਬ ਹੋਣੀ ਹੈ ਗਰਮੀ ਦੇ ਵਿੱਚ ਅਤੇ ਤੁਸੀਂ ਸਾਡੇ ਵਲੌਗ ਦਾ ਲਿਓ ਨਜ਼ਾਰਾ ਚਲੋ ਚੱਲਦੇ ਹਾਂ ਅਤੇ ਨੈਕਸਟ ਵਲੌਗ ਆਉਣਗੇ ਹਿਮਕੁੰਡ ਸਾਹਿਬ ਦੇ ਉਹਨਾਂ ਨੂੰ ਵੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜਦ ਤੱਕ ਲਈ ਰੱਬ ਰੱਖਾ।